ਬਹੁਤ ਹੀ ਮਾਨ ਤੇ ਸਤਿਕਾਰ ਦੇ ਜੋ ਸਟੇਜ ਤੇ ਬੈਠੇ ਹੋਏ ਪਤੰਤੇ ਸਜਣ ਅਤੇ ਪੰਡਾਲ ਦੇ ਵਿੱਚ ਸਤਕਾਰਯੋਗ ਬੀਬੀਆਂ ਬੱਚੀਆਂ ਅਤੇ ਨੌਜਵਾਨ ਤੇ ਸਮੂਹ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਜਵਾਬ ਨਹੀਂ ਹੈ ਕੀ ਕਾਰਨ ਹੈ ਕਿ ਅਸੀਂ ਥੱਕ ਗਏ ਫਤੇ ਬੁਲਾਉਂਦਿਆਂ ਬੁਲਾਉਂਦਿਆਂ ਤਾਂ ਕਰਕੇ ਸੋ ਮੈਂ ਫਤੇ ਦੁਬਾਰਾ ਬੁਲਾਉਣੀ ਆ ਤੇ ਫਤੇ ਦਾ ਜਵਾਬ ਫਤੇ ਜੀ ਦਿਆ ਕਰੋ ਫਤੇ ਇਹ ਉਸ ਗੁਰੂ ਦੀ ਬਖਸ਼ਿਸ਼ ਹੈ ਇੱਕ ਜਿੱਤ ਦਾ ਜਿਹੜਾ ਇਹ ਫਤੇ ਦਾ ਜਾਕਾਰਾ ਜਿਹੜਾ ਹੈ ਫਤੇ ਦਾ ਇੱਕ ਬਹੁਤ ਵੱਡਾ ਇਹਦਾ ਅਰਥ ਹੈ ਫਤੇ ਦੇ ਸੋ ਫਤੇ ਬੁਲਾਉਣ ਲੱਗੇ ਗੁਰੇਜ ਨਾ ਕਰਿਆ ਕਰੋ ਬਲਾਉ ਗੱਜ-ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਇੱਕ ਦੋ ਬੇਨਤੀਆਂ ਕਰ ਰਿਹਾ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਨੌਜਵਾਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਨਾ ਨੌਜਵਾਨੋ ਆਉਣ ਵਾਲਾ ਭਵਿੱਖ ਸਾਡਾ ਜੋ ਆਉਣ ਵਾਲਾ ਭਵਿੱਖ ਹੈ ਉਹ ਤੁਹਾਡੇ ਮੋਢਿਆਂ ਤੇ ਭਾਰ ਹੈ ਆਉਣਾ ਹੈ ਔਰ ਤੁਸੀਂ ਇਹਨੂੰ ਸੰਭਾਲਣਾ ਹੈ ਇਸ ਸੰਘਰਸ਼ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਨੌਜਵਾਨਾਂ ਦਾ ਯੋਗਦਾਨ ਹੈ ਉਹਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਜਿਸ ਦਿਨ 26 ਨਵੰਬਰ ਨੂੰ ਪੰਜਾਬ ਤੋਂ ਬਾਰਡਰ ਕਰਾਸ ਕਰਕੇ ਦਿੱਲੀ ਵੱਲੋਂ ਆਏ ਤਾਂ ਉਸ ਟਾਈਮ ਤੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਤੁਸੀਂ ਹੁਣ ਤੱਕ ਹਿੱਸਾ ਪਾਇਆ ਰਾਤ ਨੂੰ ਤੁਸੀਂ ਪਹਿਰੇ ਦਿੱਤੇ ਹੁਣ ਵੀ ਦੇ ਰਹੇ ਹੋ ਲੇਕਿਨ ਚੱਲਦੇ ਆ ਚੱਲਦੇ ਆ ਇਹ ਸੰਘਰਸ਼ ਇਸ ਦੇ ਵਿੱਚ ਉਤਰਾ ਚੜ੍ਹਾ ਕਈ ਕਿਸਮ ਦੇ ਆਏ ਇਸ ਇਟੜ ਵੱਡੇ ਸੰਘਰਸ਼ ਦੇ ਵਿੱਚ ਜਿੱਥੇ ਲੱਖਾਂ ਲੋਕ ਇਹਨੀ ਗਿਣਤੀ ਵਿੱਚ ਆਉਣ ਤੇ ਪ੍ਰਬੰਧਾਂ ਦੇ ਵਿੱਚ ਜਾਂ ਪ੍ਰਬੰਧ ਕਰਨ ਦੇ ਵਿੱਚ ਜਾਂ ਪ੍ਰਬੰਧਕਾਂ ਵੱਲੋਂ ਜਾਂ ਜ਼ਿੰਮੇਵਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਔਣਤਾਈਆਂ ਰਹਿ ਜਾਂਦੀਆਂ ਕਈ ਵਾਰ ਅਸੀਂ ਜਾਣੇ ਅਣ ਪ੍ਰਬੰਧ ਕਰਨ ਦੇ ਵਿੱਚ ਜਾਂ ਪ੍ਰਬੰਧਕਾਂ ਵੱਲੋਂ ਜਾਂ ਜ਼ਿੰਮੇਵਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਔਣਤਾਈਆਂ ਰਹਿ ਜਾਂਦੀਆਂ ਕਈ ਵਾਰ ਅਸੀਂ ਜਾਣੇ ਅਣਜਾਣੇ ਵਿੱਚ ਕੁਝ ਭੁੱਲ ਵੀ ਜਾਂਦੇ ਆ ਪਰ ਸਾਡਾ ਜਿਹੜਾ ਨਿਸ਼ਾਨਾ ਹੈ ਉਹ ਇੱਕ ਹੋਣਾ ਚਾਹੀਦਾ ਹੈ। ਉੱਥੇ ਸਾਨੂੰ ਕੇਂਦਰ ਤੈਨਾ ਚਾਹੀਦਾ ਹੈ। ਸਾਡੇ ਆਪਸ ਵਿੱਚ ਭਾਵੇਂ ਜਿੰਨੇ ਮਰਜੀ ਆ ਵਿਚਾਰਾਂ ਦਾ ਦਾਨ ਪ੍ਰਦਾਨ ਅਲੱਗ-ਅਲੱਗ ਹੋਵੇ। ਵੱਖਰੇਵੇਂ ਹੋਣ, ਗੁੱਸੇ ਗਿੱਲੇ ਹੋਣ ਪਰ ਸਾਡੀ ਜਿਹੜੀ ਲੜਾਈ ਹੈ ਉਹ ਖੇਤੀ ਵਿਰੋਧੀ ਕਾਨੂੰਨ ਜਿਹੜੇ ਬਣੇ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਐ ਐਮਐਸਪੀ ਪੂਰੇ ਭਾਰਤ ਚ ਲਾਗੂ ਕਰਾਉਣ ਲਈ ਉਹ ਸਾਡੇ ਸਾਹਮਣੇ ਨਿਸ਼ਾਨਾ ਹੈ ਉਹਨੂੰ ਅਸੀਂ ਕਾਮਯਾਬ ਕਰਨਾ ਹੈ ਔਰ ਜਿਹੜੇ ਸਾਡੇ ਇੱਕ ਦੂਸਰੇ ਤੇ ਗਿਲੇ ਸ਼ਿਕਵੇ ਨੇ ਉਹ ਅਸੀਂ ਜਦੋਂ ਪੰਜਾਬ ਜਾਵਾਂਗੇ ਉਦੋਂ ਬੈਠ ਕੇ ਜਾਂ ਹਰਿਆਣੇ ਵਾਲੇ ਹਰਿਆਣੇ ਚ ਯੂਪੀ ਵਾਲੇ ਯੂਪੀ ਚ ਜਦੋਂ ਅਸੀਂ ਆਪੋ ਆਪਣੇ ਸੂਬਿਆਂ ਚ ਜਾਵਾਂਗੇ ਆਪੋ ਆਪਣੇ ਇਲਾਕਿਆਂ ਚ ਜਾਵਾਂਗੇ ਉੱਥੇ ਬੈਠ ਕੇ ਅਸੀਂ ਦੂਰ ਕਰ ਸਕਦੇ ਆਂ पर मेरी बेनती है कि अज सू जिस जड़ा बोल एक दूसरे के खिलाफ कर रहे हैं वो बोल नहीं बोलने चाहिए क्योंकि दुश्मन बहुत चातर है बहुत चलाक है बहुत छात्र है बहुत सरमाएदार है बहुत गिनती है बहुत ताकतवर है उन्हें बहुत सारिया साजशा रचिया पर उस अकाल पुरख की कृपा न ਅੱਜ ਤੱਕ ਕੋਈ ਸਾਜ਼ਿਸ਼ ਕੋਈ ਕਾਮਯਾਬ ਨਹੀਂ ਹੋਈ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਆ ਕਿ 2 ਦਸੰਬਰ ਤੋਂ ਜਦੋਂ ਇੱਥੋਂ ਇੱਥੋਂ ਹੀ ਬੰਦੇ ਫੜੇ ਗਏ ਨੌਜਵਾਨ ਲੜਕੇ ਫੜੇ ਲੜਕੀਆਂ ਫੜੀਆਂ ਉਹਨਾਂ ਦੇ ਕੀ ਮਨਸਾ ਸੀ ਉਹ ਤੁਹਾਡੇ ਸਾਹਮਣੇ ਆਂਦੇ ਐਫ ਆਈ ਆਰਾਂ ਦਰਜ ਕਰਾਈਆਂ ਸ਼ਰਾਰਤੀ ਅਨਸਰਾਂ ਦੇ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਦੂਸਰੇ ਪਾਸੇ ਸਾਡੇ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਚ ਬੰਦ ਕੀਤਾ ਜਾ ਰਿਹਾ ਸੈਂਕੜੇ ਫੜੇ ਗਏ ਨੇ ਕਿੰਨੀ ਕਿਸਮ ਦੇ ਕੇਸ ਪਾਇਗੇ ਨੇ ਸਾਨੂੰ ਐਨਆਈਏ ਤੇ ਨੋਟਿਸ ਭੇਜੇ ਗਏ ਨੇ ਸਾਡੇ ਖਿਲਾਫ ਯੂਪੀਏ ਦੇ ਤਹਿਤ ਪਰਚੇ ਦਰਜ ਕੀਤੇ ਗਏ ਨੇ ਔਰ ਕਈ ਲੜਕੀਆਂ ਜਿਹੜੀਆਂ ਕਿ ਪੜੀਆਂ ਲਿਖੀਆਂ ਇਹ ਸੰਘਰਸ਼ ਚ ਆਇਆਂ ਜਿਸ ਤਰ੍ਹਾਂ ਕਿ ਨੌੜਾ ਤੋਂ ਹੋਰ ਵੀ ਕਈ ਥਾਵਾਂ ਤੋਂ ਉਹਨਾਂ ਨੂੰ ਨੋਟਿਸ ਭੇਡੇ ਜਾ ਰਹੇ ਨੇ ਕਿ ਉਹਨਾਂ ਦੀਆਂ ਗੱਡੀਆਂ ਨੇ ਹਿੱਸਾ ਲਿਆ ਇਹ ਸਿਰਫ ਇਹਸ ਕਰਕੇ ਆ ਕਿ ਜਿਹੜੇ ਲੋਕ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸਹਿਯੋਗ ਦੇ ਰਹੇ ਨੇ ਉਹਨਾਂ ਨੂੰ ਡਰਾ ਤੇ ਤਮ ਕਹਾ ਜਾਵੇ ਪਰ ਕੁਝ ਗੱਲਾਂ ਹੋਰ ਵੀ ਨੇ ਬਹੁਤ ਗਿਲੇ ਸ਼ਿਕਵੇ ਵੀ ਨੇ ਹੋ ਤੁਹਾਡੇ ਗਿਲੇ ਸ਼ਿਕਵੇ ਸੱਚੇ ਹੋ ਸਕਦੇ ਨੇ ਪਰ ਇੱਕੋ ਬੇਨਤੀ ਹੈ ਕਿ ਇਹ ਗਿਲੇ ਸ਼ਿਕਵੇ ਅਸੀਂ ਦੂਰ ਕਰਨੇ ਨੇ ਪਰ ਕਰਾਂਗੇ ਉਦੋਂ ਜਦੋਂ ਘਰਾਂ ਜਾਵਾਂਗੇ ਪਰ ਅੱਜ ਸਾਡੀ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਦੇ ਨਾਲ ਹੈ ਸਾਡੇ ਆਪ ਚ ਨਹੀਂ ਪਰ ਅਸੀਂ ਹੁਣ ਤੱਕ ਜੋ ਪ੍ਰਾਪਤ ਸਾਨੂੰ ਕਹਿੰਦੇ ਨੇ ਕਿ ਤੁਸੀਂ ਕੀ ਪ੍ਰਾਪਤ ਕੀਤਾ ਪ੍ਰਾਪਤ ਜੀ ਸੁਣ ਲੋ ਗੱਲ ਕਿ ਅਸੀਂ ਉਹ ਪ੍ਰਾਪਤ ਕੀਤਾ ਜਿਹੜਾ ਕਿ ਅੱਜ ਤੱਕ ਸਮੇ ਸਮੇਂ ਦੀਆਂ ਕੇਂਦਰੀ ਸਰਕਾਰਾਂ ਨੇ ਜੋ ਸਾਡੇ ਖਲਾਫ ਆਪਸੀ ਪਾੜੇ ਪਾਇਸਨ ਮੈਂ ਬੇਨਤੀ ਕਰਾਂ ਕਿ ਜਦੋਂ ਤੋਂ ਇਹ ਮੋਰਚਾ ਚੱਲਿਆ ਜੂਨ ਤੋਂ ਲੈ ਕੇ ਹੁਣ ਤੱਕ ਜੂਨ 2020 ਤੋਂ ਜਦੋਂ ਤੋਂ ਆਰਡੀਨੈਂਸ ਆਇਆ ਉਸ ਤੋਂ ਬਾਅਦ ਪੰਜਾਬ ਦੀਆਂ ਜੱਥੇਬੰਦੀਆਂ ਇਕੱਠੀਆਂ ਹੋਈਆਂ ਕਿਸਾਨ ਜੱਥੇਬੰਦੀਆਂ ਉਸ ਤੋਂ ਬਾਅਦ ਸੰਯੁਕਤ ਮੋਰਚਾ ਬਣਿਆ ਜਿੱਧਾ ਵਕੀਲਾਂ ਵਕੀਲ ਸਹਬਾਨਾਂ ਨਾਲ ਗੱਲਬਾਤ ਹੋਈ ਤੇ ਮੇਰਾ ਇੱਕੋ ਕਹਿਣਾ ਸੀ ਕਿ 1947 ਚ ਦੇਸ਼ ਦਾ ਵਟਵਾਰਾ ਹੋ ਗਿਆ ਉਸ ਵਟਵਾਰੇ ਤੋਂ ਬਾਅਦ ਦੋ ਅਲੱਗ-ਅਲੱਗ ਦੇਸ਼ ਬਣ ਗਏ ਭਾਰਤ ਦੇ ਵੱਖ-ਵੱਖ ਸੂਬਿਆਂ ਨੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਸਮੇਂ-ਸਮੇਂ ਐਜੀਟੇਸ਼ਨ ਕੀਤੇ ਇਸੇ ਤਰ੍ਹਾਂ ਪੰਜਾਬ ਨੇ ਵੀ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਸਮੇਂ-ਸਮੇਂ ਐਜੀਟੇਸ਼ਨ ਕੀਤੇ ਲੇਕਿਨ ਹਰ ਵਾਰ 1947 ਤੋਂ ਲੈ ਕੇ ਅੱਜ ਤੱਕ ਇਤਿਹਾਸ ਗਵਾਏ ਕਿ ਜਿੰਨੇ ਵੀ ਐਜੀਟੇਸ਼ਨ ਕੀਤੇ ਉਹਨਾਂ ਸਾਰੇ ਐਜੀਟੇਸ਼ਨਾਂ ਨੂੰ ਸਮੇਂ-ਸਮੇਂ ਦੀਆਂ ਕੇਂਦਰੀ ਸਰਕਾਰ ਤੇ ਕੇਂਦਰੀ ਏਜੰਸੀਆਂ ਨੇ ਫੇਲ ਕਰਨ ਵਾਸਤੇ ਹਿੰਸਕ ਰੂਪ ਦਿੱਤਾ ਮੇਰੀਆਂ ਸਾਰਿਆਂ ਨਾਲ ਗੱਲ ਹੋਈ ਔਰ ਦੁਸ਼ਾਂਤ ਦੇਵ ਜੀ ਜਿਹੜੇ ਕਿ ਸੁਪਰੀਮ ਕੋਰਟ 바ਰ ਕਾਉਂਸਲ ਦੇ ਚੇਰ ਨਾਲ ਨੇ ਉਹਨਾਂ ਦੇ ਘਰ ਬੈਠਿਆ ਗੱਲ ਹੋਈ ਐਚਐਸ ਫੂਲਕਾ ਸਾਹਿਬ ਢੰਡੂਨੀ ਸਾਹਿਬ ਨਾਲ ਸਨ ਤੇ ਉਹਨਾਂ ਨੂੰ ਮੈਂ ਇਹ ਗੱਲ ਜਦੋਂ ਕਹੀ ਕਿ ਸਾਡੇ ਨਾਲ ਆਹ ਹੁੰਦਾ ਰਿਹਾ ਐਸ ਵਾਰੀ ਵੀ ਆ ਕੁਝ ਹੋਣਾ ਹੈ ਤੇ ਕਿਰਪਾ ਕਰੋ ਸਾਡਾ ਸਾਥ ਦਿਓ ਬਚਾਓ ਸਾਨੂੰ ਕੇਂਦਰ ਤੋਂ ਬਚਾਓ ਕੇਂਦਰੀ ਏਜੰਸੀਆਂ ਤੋਂ ਕਿ ਕਿਤੇ ਐਸ ਵਾਰੀ ਵੀ ਹਿੰਸਕ ਰੂਪ ਨਾ ਦਿੱਤਾ ਜਾਵੇ ਔਰ ਉਹ ਕਈਆਂ ਹੋਈਆਂ ਗੱਲਾਂ ਉਹ ਸਾਰੀਆਂ ਅੱਜ ਸਾਫ਼ ਤੋਂ ਹੋ ਰਹੀਆਂ ਨੇ ਮੇਰੀ ਇਹੋ ਬੇਨਤੀ ਹੈ ਤੇ ਕੇਂਦਰੀ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਵੱਲੋਂ ਕੇਂਦਰੀ ਏਜੰਸੀਆਂ ਵੱਲੋਂ ਜੋ 1947 ਤੋਂ ਲੈ ਕੇ ਅੱਜ ਤੱਕ ਕੀਤਾ ਜਾ ਰਿਹਾ ਉਹ ਤੁਹਾਡੇ ਸਾਹਮਣੇ ਇਤਿਹਾਸ ਹੈ ਅੱਜ ਜਿਸ ਮਾਕਾਮ ਤੇ ਅਸੀਂ ਪਹੁੰਚੇ ਆ ਅੱਜ ਪੂਰੇ ਪੰਜਾਬ ਨੇ ਗੱਲ ਚਲਦੀ ਹੈ ਕਿ ਪੰਜਾਬ ਚੱਲਿਆ ਪੰਜਾਬ ਨੇ ਕੋਈ ਹਰਿਆਣਾ ਜਾਂ ਯੂਪੀ ਰਾਜਸਥਾਨ ਜਾਂ ਭਾਰਤ ਦੇ ਬਾਕੀ ਸੂਬਿਆਂ ਪੂਰੇ ਦੇਸ਼ ਦੇ ਅਸਰ ਜਾ ਪੂਰੇ ਸੰਸਾਰ ਦੇ ਵਿੱਚ ਇਹ ਸੰਘਰਸ਼ ਜੋ ਸ਼ੁਰੂ ਕੀਤਾ ਤੇ ਇੱਥੇ ਲਿਆਂਦਾ ਕੋਈ ਆਸਾਨ ਨਹੀਂ ਕੀਤਾ ਕਿਉਂ ਇਸ ਕਰਕੇ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਗੁਰੂ ਸਾਹਿਬਾਨ ਜਿੰਨੇ ਵੀ ਗੁਰੂ ਸਾਹਿਬਾਨ ਸੰਤ ਦਸਾਂ ਗੁਰੂ ਸਾਹਿਬਾਨਾਂ ਨੇ ਉਸ ਤੋਂ ਬਾਅਦ ਸਮੇਂ-ਸਮੇਂ ਜਿੰਨੇ ਵੀ ਯੋਧੇ ਹੋਏ ਉਹਨਾਂ ਸਾਰਿਆਂ ਨੇ ਅਤੇ ਗੁਰੂ ਸਾਹਿਬ ਨੇ ਕੋਈ ਪੰਜਾਬ ਦੇ ਜਿਹੜੇ ਪੰਜ ਪਿਆਰੇ ਸਾਜੇ ਸੀ ਉਹ ਕੇਵਲ ਪੰਜਾਬ ਦੇ ਨਹੀਂ ਸਨ ਉਹ ਪੂਰੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਚੋਂ ਪੰਜੋ ਪਿਆਰਿਆਂ ਨੂੰ ਉਹਨਾਂ ਨੂੰ ਸਿਲਾ ਕੇ ਜਦੋਂ ਉੱਤੇ ਸਿਰਜਣਾ ਪੰਜ ਪਿਆਰੇ ਸਾਜੇ ਗਏ ਤੇ ਪੂਰੇ ਦੇਸ਼ ਤੇ ਉਸੇ ਪਾਪ ਪੂਰੇ ਦੇਸ਼ ਦੇ ਵਿੱਚੋਂ ਪੰਜੋ ਪਿਆਰਿਆਂ ਦੀ ਸਿਰਜਣਾ ਕੀਤੀ ਗਈ ਸੋ ਸਾਡਾ ਕੱਲੇ ਪੰਜਾਬ ਤੇ ਆ ਕਣੀ ਕੱਲੇ ਪੰਜਾਬ ਦੀ ਗੱਲ ਅਸੀਂ ਨਹੀਂ ਕਰਦੇ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਰਸਤੇ ਤੇ ਚੱਲਦੇ ਹੋਇਆ ਅੱਜ ਪੂਰੇ ਭਾਰਤ ਦੇ ਜਦੋਂ ਕਿਸਾਨਾਂ ਦੇ ਉੱਤੇ ਜਦੋਂ ਸਾਰੇ ਲੋਕਾਂ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਦੋ ਭੁੱਖ ਦੀ ਭੁੱਖ ਮਟਾਉਣ ਵਾਸਤੇ ਕਣ ਗਹਿਓ ਚੰਚ ਕਣਕ ਦੀ ਰੋਟੀ ਜਾਂ ਚੌਲ ਖਾ ਕੇ ਆਪਣੇ ਪੇਟ ਦੀ ਭੁੱਖ ਮਟਾਉਣੀ ਸੀ ਉਹਨਾਂ ਤੇ ਜਦੋਂ ਇਹ ਕਾਰਪੋਰੇਟ ਘਰਾਣਿਆਂ ਨੂੰ ਇਹ ਸਾਰਾ ਸਰਮਾਇਆ ਲਟਾਉਣ ਵਾਸਤੇ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਜਦੋਂ ਕਾਲੇ ਕਾਨੂੰਨ ਲਿਆਂਦੇ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਜਗਾਉਣ ਵਾਸਤੇ ਇੱਕ ਹਮਲਾ ਮਾਰਿਆ ਤੇ ਉਹ ਹਮਲਾ ਐਸਾ ਮਾਰਿਆ ਕਿ ਹਰਿਆਣਾ ਜਾਗਿਆ ਨਾਲ ਦੀ ਨਾਲ ਉਸ ਤੋਂ ਬਾਅਦ ਦੇਸ਼ ਦੇ ਸਾਰੇ ਸੂਬੇ ਭਾਰਤ ਭਾਰਤ ਅਤੇ ਪੂਰੇ ਸੰਸਾਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਜਿਹੜਾ ਸਾਲੂਟ ਕੀਤਾ ਔਰ ਮਾਨ ਕੀਤਾ ਸੋ ਅਸੀਂ ਦੇਸ਼ ਦੇ ਲੋਕਾਂ ਸਰ ਕੋਈ ਆਸਾਨ ਨਹੀਂ ਕੀਤਾ ਪਰ ਇਹ ਜਿਹੜਾ ਅਸੀਂ ਅਜੀਟੇਸ਼ਨ ਕੀਤਾ ਜੇਕਰ ਅਸੀਂ ਇਹ ਕਾਲੇ ਕਾਨੂੰਨ ਰੱਦ ਕਰਾ ਕੇ ਅਤੇ ਪੂਰੇ ਪਹਾਰ ਚ ਕਾਨੂੰਨ ਦੇ ਤਹਿਤ ਐਮਐਸਪੀ ਲਾਗੂ ਕਰਨ ਤੋਂ ਬਗੈਰ ਅੱਬ ਸ ਵਿੱਚ ਜੇ ਕਿਤੇ ਅਸੀਂ ਜੁਟ ਗਏ ਜੇ ਕਿਤੇ ਹਾਲਾਤ ਖਰਾਬ ਹੋ ਗਏ ਤਾਂ ਫੇਰ ਸਾਨੂੰ ਕਿਸੇ ਨੂੰ ਵੀ ਚਾਹੇ ਉਹ ਮੈਂ ਤੇ ਚਾਹੇ ਕੋਈ ਹੋਰ ਸਾਨੂੰ ਨਾ ਤਾਂ ਇਤਿਹਾਸ ਨੇ ਮaaf ਕਰਨ ਤੇ ਨਾ ਉਸ ਅਕਾਲ ਪੁਰਖ ਨੇ ਮaaf ਕਰਨਾ ਜਿਸ ਕਰਕੇ ਅਸੀਂ ਸੀਸ ਝੁਕਾ ਕੇ ਸਾਰਿਆਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦਾ ਜੋਦੜੀ ਕਰਦਾ ਕਿ ਭਾਈ 28 ਤਰੀਕ ਨੂੰ ਜੋ ਕਿ ਸਾਡੀ 28 ਜਨਵਰੀ ਨੂੰ ਮੀਟਿੰਗ ਹੱਕ ਹੋਈ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕੀਤਾ ਸੀ ਕਿ ਕਿਸੇ ਦੇ ਖਿਲਾਫ ਅਸੀਂ ਨਹੀਂ ਬੋਲਣਾ ਲੇਕਿਨ ਕੁਝ ਲੋਕ ਫਿਰ ਵੀ ਬੋਲਦੇ ਰਹੇ ਪਰ ਮੇਰੀ ਬੇਨਤੀ ਆ ਕਿ ਬੋਲਣ ਵਾਲਿਆਂ ਤੇ ਲਗਾਮ ਕੱਸੀ ਜਾ ਰਹੀ ਆ ਔਰ ਜੇ ਰਹਿ ਗਈ ਆ ਜੇ ਕੋਈ ਬੋਲਦਾ ਤੇ ਹੋਰ ਕੱਸੀ ਜਾਵੇਗੀ ਪਰ ਮੇਰੀ ਬੇਨਤੀ ਆ ਕਿ ਕਿਸੇ ਦੇ ਬੋਲਾਂ ਨੂੰ ਕੰਨਾਂ ਦੇ ਵਿੱਚੋਂ ਐਸ ਕੰਨ ਤੋਂ ਸੁਣ ਕੇ ਇਧਰ ਕਰ ਦਿਓ ਸਮਾਂ ਆਏਗਾ ਉਹਨਾਂ ਤੋਂ ਹਿਸਾਬ-ਤਾਬ ਮੰਗਿਆ ਜਾਵੇਗਾ ਪਰ ਕਿਸੇ ਦੇ ਬੋਲਾਂ ਦੇ ਉੱਤੇ ਆਪਣੇ ਜਜ਼ਬਾਤਾਂ ਨੂੰ ਤੁਸੀਂ ਇਹ ਨਾ ਹੋਵੇ ਕਿ ਕੋਈ ਵੀ ਆਪਣੇ ਜਜ਼ਬਾਤਾਂ ਤੇ ਕੰਟਰੋਲ ਨਾ ਰੱਖ ਸਕੇ ਤੇ ਅਸੀਂ ਆਪਸ ਵਿੱਚ ਕੋਈ ਐਸਾ ਖਿਲਾੜਾ ਖਿਲਾੜ ਦਈਏ ਜਿਹਦੇ ਨਾਲ ਸਾਡਾ ਨਿਸ਼ਾਨੇ ਤੋਂ ਅਸੀਂ ਥੜਕੇ ਜਾਈਏ ਤੇ ਦੁਸ਼ਮਣ ਜੋ ਚਾਹੁੰਦਾ ਉਹਨਾਂ ਦੀ ਮੰਦੀ ਆ ਮਨਸਾ ਜੜੀ ਆ ਉਹ ਪੂਰੀ ਨਾ ਹੋਵੇ ਸੋ ਮੇਰੀ ਇਹੀ ਬੇਨਤੀ ਹੈ ਕਿ ਅਸੀਂ ਇਹ ਤਿੰਨੋਂ ਕਾਨੂੰਨ ਅਰਜ ਕਰਾਉਣ ਵਾਸਤੇ ਐਮਐਸਪੀ ਪੂਰੇ ਭਾਰ ਚ ਲਾਗੂ ਕਰਾਉਣ ਵਾਸਤੇ ਜੋ ਗੁਰੂ ਸਾਹਿਬਾਂ ਵੱਲੋਂ ਦਰਸਾਏ ਰਸਤੇ ਤੇ ਸਮੇਂ ਸਮੇਂ ਤੇ ਹਰੀ ਸਿੰਘ ਨਲੂਏ ਵਰਗੇ ਅਤੇ ਬਾਬਾ ਦੀਪ ਸਿੰਘ ਵਰਗੇ ਉਹਨਾਂ ਵੱਲੋਂ ਸਿਰਜੇ ਇਤਿਹਾਸ ਨੂੰ ਅਸੀਂ ਯਾਰ ਉਹਤੇ ਪੂਰਨੇ ਪਾਉਂਦਿਆ ਹੋਇਆ ਉਸ ਰਸਤੇ ਤੇ ਚੱਲਦਿਆ ਹੋਇਆ ਪੂਰੇ ਦੇਸ਼ ਦੇ ਲੋਕਾਂ ਨੂੰ ਇਨਸਾਫ ਚਾਉਣਾ ਹੈ ਤੇ ਇਹ ਅਸੀਂ ਮੋਰਚਾ ਕਾਮਯਾਬ ਕਰਕੇ ਘਰਾਂ ਨੂੰ ਜਾਣਾ ਹੈ ਸ਼ਾਨੋ ਸ਼ੌਕਤ ਨਾਲ ਜਾਣਾ ਹੈ ਅਸੀਂ ਕੋਈ ਐਸਾ ਕਾਦਮ ਨਹੀਂ ਪੁੱਟਣਾ ਚਾਹੁੰਦੇ ਐਸੀ ਆਵਾਜ਼ ਲੋਕਾਂ ਦੇ ਕੰਨਾਂ 'ਚ ਨਾ ਜਾਵੇ ਕਿ ਇਹ ਨਾ ਲੋਕਾਂ ਨੇ ਕੀ ਕੀਤਾ ਸੋ ਇਹਨੀਆਂ ਬੇਨਤੀਆਂ ਕਰਦਾ ਹੋਇਆ ਖਿਮਾਂ ਦਾ ਜਾਜਕਾਂ ਫਿਰ ਕਿਤੇ ਸਵਾ ਮਿਲਿਆ ਤੇ ਫਿਰ ਆਪਣੇ ਮਨ ਦੇ ਜੜੇ ਵਲਵਲੇ ਨੇ ਆਪਣੇ ਮਨ ਦੇ ਜੜੇ ਦੁੱਖ ਨੇ ਜੋ ਸਾਡੇ ਤੇ ਇਹ ਇਸ ਟਾਈਮ ਤੇ ਹਾਲਾਤ ਜਿਹੜੇ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਉਹਨਾਂ ਦੇ ਬਾਰੇ ਫੇਰ ਵੀ ਵਿਚਾਰ ਕਰਾਂਗੇ ਅਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਆਓ ਸਾਰੇ ਰਲ ਕੇ ਇੱਕ ਤਾਂ ਵੱਧ ਤੋਂ ਵੱਧ ਇੱਥੇ ਗਿਣਤੀ ਜੜੀ ਆ ਜਿਸ ਤਰ੍ਹਾਂ ਅੱਜ ਵੀ ਤੁਸੀਂ ਇੱਥੇ ਬੈਠੇ ਸ਼ਾਂਤਕ ਸਵੇਰ ਤੋਂ ਲੈ ਕੇ ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਪਿਛਲੀਆਂ ਟਰਾਲੀਆਂ ਵਾਲੇ ਵੀ ਉਹ ਵੀ ਵੱਧ ਤੋਂ ਵੱਧ ਮੇਰੇ ਵੀਰ ਆਇਆ ਕਰਨ ਬਜ਼ੁਰਗਾਂ ਵਾਸਤੇ ਸਾਨੂੰ ਕੋਈ ਜਿਹੜਾ ਸਾਧਨ ਹੈ ਮੈਥੋਂ ਕਰਾਂ ਬੇਨਤੀ ਕਰਾਂਗਾ ਕਿ ਉਹ ਟਰਾਲੀਆਂ ਟੋਲੇ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਵੀ ਇੱਥੋਂ ਤੱਕ ਲਿਆਂਦਾ ਜਾਵੇ ਸੋ ਇਹਨੀਆਂ ਬੇਨਤੀਆਂ ਕਰਦਾ ਤੁਹਾਡਾ ਧੰਨਵਾਦ ਕਰਦਾ ਹੋਇਆ ਆਸ ਕਰਦਾ ਹਾਂ ਕਿ ਤੁਸੀਂ ਗੁਰੂ ਸਾਹਿਬਾਂ ਵੱਲੋਂ ਦਰਸਾਏ ਨਕਸ਼ੇ ਕਦਮਾਂ ਤੇ ਸਮੇਂ-ਸਮੇਂ ਤੇ ਬੁਲਾਣਾ ਤੋਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਆ ਸੈਕਟਰੀ ਸਾਹਿਬ ਆ ਵੱਡਾ ਗਾਮ ਹੈ ਸਾਡੇ ਲਾਗੇ ਇਹ ਵੱਡਾ ਗਾਮ ਇਹਦਾ ਨਾਂ ਪਹਿਲਾਂ ਨਾਂ ਘੜੀ ਸੀ ਇੱਥੋਂ ਦਾ ਇੱਕ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਇਹਦਾ ਨਾਂ ਆ ਜਿਹੜਾ ਅੱਜ ਬੜ ਖਾਲਸਾ ਰੱਖਿਆ ਕਿਉਂ ਰੱਖਿਆ ਗਿਆ ਇਹ ਉਸ ਵਕਤ ਦੀ ਗੱਲ ਹੈ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਦਿੱਲੀ ਦੇ ਵਿੱਚ ਜ਼ੁਲਮ ਦੇ ਖਿਲਾਫ ਔਰੰਗਜ਼ੇਬ ਦੇ ਰਾਜ ਸਮੇਂ ਉਹਨਾਂ ਨੇ ਜ਼ੁਲਮ ਦੇ ਖਿਲਾਫ Hindu ਧਰਮ ਨੂੰ ਉੱਚਾਉਣ ਲਈ ਆਪਣੇ ਸਰੀਰ ਦਾ ਬਲੀਦਾਨ ਦਿੱਤਾ ਤੇ ਉਹਨਾਂ ਦਾ ਜਦੋਂ ਸੀਸ ਲੈ ਕੇ ਭਾਈ ਜੈਤਾ ਜੀ ਅਨੰਦਪੁਰ ਨੂੰ ਜਾ ਰਹੇ ਸਨ ਤੇ ਇਹਦਾ ਨਾਂ ਸੀ ਗੜੀ ਉਹ ਇੱਥੇ ਆ ਕੇ ਠਹਿਰੇ ਤਾਂ ਉਹਨਾਂ ਨੇ ਉਸ ਟਾਈਮ ਤੇ ਬਜ਼ੁਰਗ ਸਣ ਕੁਸ਼ਾਲ ਸਿੰਘ ਜੀ ਉਹਨਾਂ ਦੀ 85 ਸਾਲ ਦੀ ਉਮਰ ਸੀ ਭਾਈ ਜੱਤਾ ਜੀ ਨੇ ਉਹਨਾਂ ਨੂੰ ਦੱਸਿਆ ਕਿ ਆਹ ਗੁਰੂ ਜੀ ਦਾ ਸੀਸ ਹੈ ਉਹਨਾਂ ਦੇ ਸਰਧਾਰ ਦਾ ਸੰਸਕਾਰ ਤਾਂ ਲੈ ਗਏ ਨੇ ਭਾਈ ਮੱਖਣ ਸ਼ਾ ਲਬਾਣਾ ਲੇਕਿਨ ਸੀਸ ਉਹਨਾਂ ਦਾ ਲੈ ਕੇ ਮੈਂ ਅਨੰਦਪੁਰ ਜਾ ਰਿਹਾ ਮੇਰੇ ਪਿੱਛੇ ਮੁਗਲੀਆਂ ਫੌਜਾਂ ਲਗੀਆਂ ਹੋਈਆਂ ਨੇ ਸੋ ਇਹ ਇੱਥੇ ਸਤਾ ਕਰੋ ਉਹ ਉਸ ਵਕਤ ਦੇ ਬਜ਼ੁਰਗ ਕੁਸ਼ਾਲ ਸਿੰਘ ਨੇ ਜੋ ਦਈਆ ਘੋਦ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਆਪਣੇ ਬੇਟੇ ਨੂੰ ਕਿਹਾ ਕਿ ਮੇਰਾ ਸੀਸ ਕੱਟ ਤੇ ਮੁਗਲੀਆਂ ਫੌਜਾਂ ਨੂੰ ਦੇਣਾ ਪਰ ਗੁਰੂ ਜੀ ਦਾ ਸੀਸ ਇਹਦਾ ਵੇਚਤ ਨਹੀਂ ਹੋਣਾ ਚਾਹੀਦਾ ਨਰਾਦਰ ਨਹੀਂ ਹੋਣਾ ਚਾਹੀਦਾ ਇਹ ਸੀਸ ਅਨੰਦਪੁਰ ਜਾਣਾ ਚਾਹੀਦਾ ਉਹਨੇ ਆਪਣਾ ਸੀਸ ਕੱਟ ਕੇ ਪੁੱਤਰ ਨੇ ਉਹਦੇ ਨੇ ਉਹਨਾਂ ਦਾ ਸੀਸ ਕੱਟਿਆ ਉਹ ਮੁਗਲੀਆਂ ਫੌਜਾਂ ਲੈ ਗਈਆਂ ਤੇ ਜਿਹੜਾ ਗੁਰੂ ਸtegh ਬਹਾਦਰ ਪਾਚਾ ਦਾ ਸੀਸ ਉਹ ਅਨੰਦਪੁਰ ਸਾਹਿਬ ਪਹੁੰਚਾ ਸੋ ਇਹ ਇਤਿਹਾਸਕ ਨਗਰ ਉਹ ਦਈਆ ਬਰਾਦਰੀ ਇਹ ਹਰਿਆਣੇ ਦੇ ਲੋਕ ਉਸ ਇਤਿਹਾਸ ਨੂੰ ਦਰਾ ਰਹੇ ਨੇ ਮੈਂ ਉਹਨਾਂ ਨੂੰ ਕੋਟਨਕੋਟ ਪਰ ਨਾਮ ਕਰਦਾ ਕ੍ਰਿਸ਼ਨ ਜੀ ਨੇ ਉਸ ਨਗਰ ਦੇ ਦਇਆਪ੍ਰਵਾਹ ਦੇ ਦਇਆ ਜੜੀ ਬਰਾਦਰੀਆ ਉਹਨਾਂ ਦੇ ਉਹ ਗੋਤ ਦੇ ਇੱਥੇ ਮੁਖੀ ਨੇ ਲੰਗਰ ਲਾਇਆ ਹੋਇਆ ਸੋ ਉਹਨਾਂ ਨੇ ਸਾਰਾ ਦੱਸਿਆ ਸੋ ਇਹ ਇਤਿਹਾਸ ਨਾਲ ਵੀ ਜੁੜ ਰਹੇ ਆ ਸੋ ਪੂਰੇ ਭਾਰਤ ਦੇ Hindu ਸਮਾਜ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਰਤ ਸਰਕਾਰ ਦੇ ਮਨਸੂਬਿਆਂ ਨੂੰ ਫੇਲ ਕੀਤਾ ਤੇ ਜਿਹੜੀ ਉਹ ਖਾਨਾ ਜੰਗੀ ਕਰਾਉਣੀ ਚਾਹੁੰਦੇ ਸੀ ਉਹ ਨਹੀਂ ਹੋਈ ਇਹਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚ ਕਹਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀਆ ਕਾ ਧੰਨਵਾਦ ਜੀ ਬੁਲਾ ਰਿਆ ਨੂੰ ਬੇਨਤੀ ਹੈ ਕਿ ਟਾਈਮ ਬਹੁਤ ਘੱਟ ਹੈ ਇਸ ਕਰਕੇ ਸਮੇਂ ਜੀ ਬੋਲਣਾ ਆਪਣੇ ਹੁਣ ਸੁਖਦੀਪ ਕੌਰ ਅਖਾੜਾ ਜੀ ਇੱਕ ਮਿੰਟ ਲਈ ਇਸ ਤੋਂ ਬਾਅਦ ਸ਼ਿਵ ਕੁਮਾਰ ਤਿਵਾੜੀ ਸੂਬਾ ਜਨਰਲ ਸਕੱਤਰ ਪੈਨਸ਼ਨ ਐਸੋਸੀਏਸ਼ਨ ਬਿਜਲੀ ਬੋਰਡ ਉਹ ਤਿਆਰ ਰਹਿਣ ਇੱਕ ਮਿੰਟ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਤੁਹਾਡਾ ਜਿਹੜਾ ਏਕਾ ਤੁਹਾਡੀ ਜਿਹੜੀ ਯੂਨਿਟੀ ਹੈ ਦੇਖ ਕੇ ਕਿ ਇੱਥੇ ਅਸੀਂ ਧਰਮਾਂ ਜਾਤਾਂ ਪਾਤਾਂ ਨੂੰ ਭੁੱਲ ਕੇ ਇਕੱਠੇ ਹੋ ਕੇ ਸਿਰਫ ਇੱਕ ਚੀਜ਼ ਦੇ ਲਈ ਲੜ ਰਹੇ ਹਾਂ ਉਹ ਹੈ ਕਿਸਾਨੀ ਕਿਸਾਨੀ ਦੇ ਲਈ ਅਸੀਂ ਲੜ ਰਹੇ ਹਾਂ ਤੇ ਜਿਹੜੀਆਂ ਮੇਰੀਆਂ ਭੈਣਾਂ ਤੇ ਮਾਵਾਂ ਹਜੇ ਤੱਕ ਨਹੀਂ ਜੁੜੀਆਂ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜੀਆਂ ਇਹ ਸੋਚਦੀਆਂ ਨੇ ਕਿ ਸਾਡਾ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਬਣਦਾ ਕੋਈ ਮਕਸਦ ਨਹੀਂ ਉਹਨਾਂ ਨੂੰ ਮੈਂ ਕਹਿਣਾ ਚਾਹੁੰਨੀ ਹਾਂ ਕਿ ਜਿਹੜੇ ਸਾਡੇ ਬਜ਼ੁਰਗ ਨੇ ਔਰ ਸਾਡੀ ਨੌਜਵਾਨਾਂ ਦੀ ਤਾਕਤ ਨੇ ਤੇ ਜਿਹੜੀਆਂ ਸਾਡੀਆਂ ਮਾਈਆਂ ਨੇ ਉਹ ਸਾਡੇ ਭਰਾਵਾਂ ਦੀ ਤਾਕਤ ਨੇ ਤੇ ਸਾਡੀਆਂ ਮਾਈਆਂ ਨੂੰ ਇੱਥੇ ਆ ਕੇ ਡਟਣਾ ਚਾਹੀਦਾ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗੀ ਕਿ ਗਲਤ ਦਾ ਵਿਰੋਧ ਖੁੱਲ ਕੇ ਕਰੋ ਚਾਹੇ ਰਾਜਨੀਤੀ ਹੋਵੇ ਤੇ ਚਾਹੇ ਸਮਾਜ ਕਿਉਂਕਿ ਇਤਿਹਾਸ ਆਵਾਜ਼ ਉਠਾਉਣ ਵਾਲਿਆਂ ਦਾ ਲਿਖਿਆ ਜਾਂਦਾ ਹੈ ਤਲਵੇ ਚ ਟੱਣ ਵਾਲਿਆਂ ਦਾ ਨਹੀਂ ਤੇ ਇੱਕ ਗੱਲ ਹੋਰ ਜਿਹੜੇ ਆਪਾਂ ਇਹ ਸੋਚਦੇ ਆ ਕਿ મોદી ਸਰਕਾਰ ਜਿਹੜੀ ਹੈ ਉਹ ਮੋਦੀ ਸਰਕਾਰ ਸਾਡੇ ਤੋਂ ਡਰ ਗਈ ਹੈ ਜੇ ਉਹ ਸਾਡੇ ਤੋਂ ਡਰੀ ਹੈ ਤਾਂ ਹੀ ਉਹਨੇ ਇੰਨੇ ਲੀਅਰ ਦੀ ਬੈਰੀਕੇਡਿੰਗ ਕਰਕੇ ਦਿੱਲੀ ਬੰਦ ਕਰਤੀ ਹੈ ਕਿ ਕਿਤੇ ਇਹ ਜਿਹੜੀ ਜਨਤਾ ਇਹ ਜਿਹੜੇ ਲੋਕ ਇੱਥੇ ਬੈਠੇ ਨੇ ਲੋਕਾਂ ਦੀ ਏਕਤਾ ਜਿਹੜੀ ਹੈ ਉਹ ਮੇਰੀ ਦਿੱਲੀ ਤੱਕ ਨਾ ਪਹੁੰਚਣ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ ਤੇ ਮੈਂ ਮੋਦੀ ਨੂੰ ਇਹ ਕਹਿਣਾ ਚਾਹੁੰਦੀ ਆ ਜਿਉਂ-ਜਿਉਂ ਮੋਦੀ ਡਰਦਾ ਏ ਦਿੱਲੀ ਦੇ ਰਾਹ ਬੰਦ ਕਰਦਾ ਏ ਜਿਉਂ-ਜਿਉਂ ਮੋਦੀ ਡਰਦਾ ਏ ਦਿੱਲੀ ਦੇ ਰਾਹ ਬੰਦ ਕਰਦਾ ਏ ਇਹ ਅੰਦੋਲਨ ਜਿੱਤਣ ਲਈ ਸਾਡਾ ਤਿਆ ਤਿਆ ਹੌਸਲਾ ਵੱਧਦਾ ਏ ਸਾਡਾ ਤਿਆ ਤਿਆ ਹੌਸਲਾ ਵੱਧਦਾ ਏ ਬੋਲੇ ਸੋ ਨਿਹਾਲ ਕਿਸਾਨ ਮਜ਼ਦੂਰ ਇਕਤਾ ਕਿਸਾਨ ਮਜ਼ਦੂਰ ਇਕਤਾ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ਿਵ ਕੁਮਾਰ ਤਵਾੜੀ ਸੂਬਾ ਜਨਰਲ ਕੁਤਰ ਪੈਂਸ਼ੇ ਐਸ਼ੀਅਨ ਬੀਲੀ ਬੋਰਡ ਪੰਜ ਮੰਡਲੀ ਇਸ ਤੋਂ ਬਾਅਦ ਗੁਲਦੀਪ ਖੰਨਾ ਸੂਬਾ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਉਹ ਵੀ ਤਿਆਰ ਆ ਜੀ ਸ਼ੇਵ ਕੁਮਾਰ ਤਵਾੜੀ ਸਟੇਟ ਦੇ ਬਿਰਾਜ ਮਾਨ ਕਿਸਾਨ ਜਥੇਬੰਦੀ ਦੇ 리ਡਰ ਸਹਿਬਾਨ ਤੇ ਮੇਰੇ ਸਾਹਮਣੇ ਬੈਠੇ ਬਾਬੇ ਨਾਨਕ ਦੇ ਫਲਸਫੇ ਨੂੰ ਕਾਇਮ ਰੱਖਦੇ ਕੈਤੀ ਲੋਕੋ ਮੇਰੇ ਭੈਣੋ ਮੇਰੇ ਵੀਰੋ ਮਾਤਾਓ ਤੇ ਬਜ਼ੁਰਗੋ ਅਸੀਂ ਲਗਾਤਾਰ ਇਸ ਸੰਘਰਸ਼ ਨਾਲ ਜੁੜੇ ਹੋਏ ਆ ਪਹਿਲਾਂ ਪੰਜਾਬ 'ਚ ਜੁੜੇ ਫਿਰ ਦਿੱਲੀ ਵਿੱਚ ਵੀ ਆ ਕੇ ਜੁੜੇ ਆ ਬਿਜਲੀ ਬੋਰਡ ਦੀ ਪੈਨਸ਼ਨਰ ਜਿਹੜੇ ਰਿਟਾਇਰ ਹੋ ਚੁੱਕੇ ਆ ਕਾਫੀ ਵੱਡੀ ਜਥੇਬੰਦੀ ਆ ਉਹਦੇ ਵਲੋਂ ਅੱਜ ਅਸੀਂ ਪ੍ਰੋਗਰਾਮ ਬਣਾਇਆ ਸੀ ਰਲ ਕੇ ਵੀ ਇਸ ਮੋਰਚੇ ਵਿੱਚ ਜ਼ਰੂਰ ਸ਼ਾਮਲ ਹੋਇਆ ਜਾਵੇ ਅਚੇਚੇ ਤੌਰ ਤੇ ਹਾਜ਼ਰੀ ਲਗਵਾਈ ਜਾਵੇ ਆਉਣ ਦਾ ਪਹਿਲਾਂ ਵੀ ਕਈ ਵਾਰੀ ਮੌਕਾ ਮਿਲਿਆ ਪਰੰਤੂ ਅਸੀਂ ਬੜੇ ਲੰਬੇ ਸਮੇਂ ਤੋਂ ਜਿੱਥੇ ਆਪਣੀਆਂ ਮੰਗਾਂ ਲਈ ਲੜਦੇ ਸੀ ਆਪਣੇ ਮਸਲਿਆਂ ਲਈ ਲੜਦੇ ਸੀ ਉਥੇ ਅੱਜ ਹਿੰਦੁਸਤਾਨ ਪੱਧਰ ਦੇ ਉੱਤੇ ਭਾਰਤ ਪੱਧਰ ਦੇ ਉੱਤੇ ਮੋਦੀ ਦੀ ਸਰਕਾਰ ਨੇ ਜਿਹੜੇ ਅਸੀਂ ਬਹੁਤ ਹੱਕਿਆਂ ਤੋਂ ਚਾਹੁੰਦੇ ਸੀ ਬਈ ਮਜ਼ਦੂਰਾਂ ਕਿਸਾਨਾਂ ਵਿਦਿਆਰਥੀਆਂ ਮੁਲਾਜ਼ਮਾਂ ਨਾ ਏਕਾ ਹੋ ਸਕੇ ਆਰਤੀਆਂ ਦਾ ਵਕੀਲਾਂ ਦਾ ਸਾਰਿਆਂ ਦਾ ਏਕਾ ਹੋ ਸਕੇ ਮੋਦੀ ਦੀ ਸਰਕਾਰ ਨੇ ਉਹ ਜਿਹੜੇ ਕਾਲੇ ਤਿੰਨ ਕਾਨੂੰਨ ਕਿਸਾਨਾਂ ਮਜ਼ਦੂਰਾਂ ਵਿਰੋਧੀ ਬਣਾ ਕੇ ਸਾਨੂੰ ਇਕੱਠੇ ਹੋਣ ਦਾ ਇੱਕ ਜਰ ਮੌਕਾ ਜਰੂਰ ਪ੍ਰਦਾਨ ਕੀਤਾ ਹੈ ਪ੍ਰੰਤੂ ਮੋਦੀ ਦੀ ਸਰਕਾਰ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਦੋਰੇ ਏਜੰਡੇ ਦੇ ਚੱਲ ਰਹੀ ਹੈ ਜਿੱਥੇ ਇੱਕ ਏਜੰਡਾ ਉਹਦਾ ਇਹ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਮਦਦ ਕਰਕੇ ਉਹਨਾਂ ਨੂੰ ਉਤਸ਼ਾਹਿਤ ਕਰਕੇ ਪੂੰਜੀ ਦਾ ਅਵਕਾਸ ਕਰਕੇ ਲੋਕਾਂ ਨੂੰ ਲੁੱਟਣਾ ਕਿਰਤਾਂ ਦੀ ਲੁੱਟ ਕਰਕੇ ਉਹਨਾਂ ਦੀ ਪੂੰਜੀ ਦੇ ਵਿੱਚ ਵਾਧਾ ਕਰਨਾ ਦੂਜੇ ਪਾਸੇ ਜਿਹੜੀ ਭਰਾਮਾਰ ਜੰਗਿਆ ਜਿਹੜਾ ਸਭ ਤੋਂ ਖਤਰਨਾਕ ਅਜੰਡਾ ਜਿਹੜਾ 26 ਜਨਵਰੀ ਨੂੰ ਵੀ ਸਰਕਾਰ ਦੀਆਂ ਏਜੰਸੀਆਂ ਨੇ ਸਾਡੇ ਤੇ ਲਾਗੂ ਕਰਨਾ ਚਾਹਿਆ ਉਹ ਅਜੰਡਾ ਜਿਹੜਾ ਸਭ ਤੋਂ ਖਤਰਨਾਕ ਆ ਕਿ ਵੀ ਇਹ ਭਰਾਮਾਰ ਜੰਗ ਵਿੱਚ ਫਸ ਜਾਣ ਚਾਹੇ ਹਿੰਦੂ ਮੁਸਲਮਾਨਾਂ ਨੂੰ ਲੜਾਉਣ ਦੀ ਗੱਲ ਹੋਵੇ ਇਹ ਮੋਦੀ ਦੀ ਸਰਕਾਰ ਜੇ ਕੋਈ ਐਜੀਟੇਸ਼ਨ ਕਰਦਾ ਕੋਈ ਸੰਘਰਸ਼ ਕਰਦਾ ਹੈ ਕਦੇ ਉਸ ਨੂੰ ਖਾਲਸਤਾਨੀਆ ਦਾ ਨਾਂ ਦਿੰਦੀ ਹੈ ਕਦੇ ਉਸ ਨੂੰ ਅੱਤਵਾਦੀਆਂ ਦਾ ਨਾਂ ਦਿੰਦੀ ਹੈ ਕਾਰਨ ਕੀ ਹੈ ਵੀ ਉਹ ਆਪਣੇ ਏਜੰਡੇ ਵਿੱਚ ਪਹਿਲੇ ਸਮੇਂ ਸਫਲ ਹੁੰਦੀ ਰਹੀ ਇਹਨਾਂ ਗੱਲਾਂ ਕਰਕੇ ਵੀ ਪੜੋ ਤੇ ਰਾਜ ਕਰੋ ਤੇ ਆਪਣੀਆਂ ਨੀਤੀਆਂ ਪੂੰਜੀਵਾਦ ਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਇਹਨਾਂ ਲੋਕਾਂ ਦੇ ਉੱਤੇ ਅੰਨੇਵਾ ਲਾਗੂ ਕਰੋ ਅਰੇ ਪਿਛਲੇ ਸਮੇਂ ਚ ਸਾਰੇ ਸੈਕਟਰ ਨੂੰ ਨੀਜੀਕਰਨ ਕਰਕੇ ਚਾਹੇ ਉਹ ਬਿਜਲੀ ਬੋਰਡ ਦਾ ਹੋਵੇ ਚਾਹੇ ਉਹ 에어ਪੋਰਟਾਂ ਦਾ ਹੋਵੇ ਚਾਹੇ ਰੇਲਵੇ ਦਾ ਹੋਵੇ ਚਾਹੇ ਐਜੂਕੇਸ਼ਨ ਦਾ ਹੋਵੇ ਚਾਹੇ ਮੈਡੀਕਲ ਸਹੂਤਾ ਦਾ ਹੋਵੇ ਉਹ ਸਾਰੇ ਨੂੰ ਪ੍ਰਾਈਵੇਟ ਕਰਕੇ ਉਹਦਾ ਨੀਜੀਕਰਨ ਕਰਕੇ ਸਾਨੂੰ ਐਪ ਵਿੱਚ ਪਾੜਦੇ ਰਹੇ ਬੜੀਆਂ ਲੜਾਈਆਂ ਲੋਕਾਂ ਨੇ ਥੱਲੇ ਰਣੀਆਂ ਪਰੰਤੂ ਅੱਜ ਸਮਾਂ ਆ ਗਿਆ ਕਿ ਮੋਦੀ ਦੀ ਕੇਂਦਰ ਦੀ ਸਰਕਾਰ ਨੂੰ ਲੋਕ ਉਹਦੀ ਨੀਤੀ ਨੂੰ ਪਛਾਣ ਚੁੱਕੇ ਨੇ ਕਿ ਜਿੱਥੇ ਉਹ ਫਾਸ਼ੀਵਾਦ ਦਾ ਅਜੰਡਾ ਲਾਗੂ ਕਰਕੇ ਸਾਡੇ ਵਿੱਚ ਬੰਡੀਆਂ ਪਾ ਕੇ ਆਪਣੇ ਉਹ ਕਾਰਪੋਰੇਟ ਘਰਾੜਿਆਂ ਦੀ ਮਦਦ ਕਰਦਾ ਹੋਇਆ ਨੀਤੀਆਂ ਲਾਗੂ ਕਰਨਾ ਚਾਹੁੰਦਾ ਹੈ ਉਹ ਸਾਰੇ ਲੋਕਾਂ ਨੇ ਸਮਝ ਲਿਆ ਇਸ ਕਰਕੇ ਇਹ ਜਿਹੜਾ ਪਹਿਲਾਂ ਕਿਸਾਨੀ ਕੋਲ ਬਣਿਆ ਜਿਸ ਤਾਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਕਿਹਾ ਉਹ ਤਵਾਂ ਕਿਸਾਨਾਂ ਮਜ਼ਦੂਰਾਂ ਦਾ ਕੋਲ ਬਣ ਕੇ ਅੱਜ ਜਨ ਅੰਦੋਲਨ ਬਣ ਚੁੱਕਾ ਹੈ ਵੀਰੋ ਇਸ ਜਨ ਅੰਦੋਲਨ ਵਿੱਚ ਜਿਹੜਾ ਵੀ ਇਸ ਜਗ੍ਹਾ ਵਿੱਚ ਹਿੱਸਾ ਪਾਵੇਗਾ ਇਤਿਹਾਸ ਵਿੱਚ 라ਜਮੀਏ ਉਸ ਦਾ ਨਾਂ ਜੁੜੇਗਾ ਜਿਹੜਾ ਇਸ ਸੰਘਰਸ਼ ਤੋਂ ਵਾਂਝਾ ਰਹਿ ਗਿਆ ਉਹ ਨਾ ਹਿਸਾਬ ਨਾਲ ਹੋਸ ਗਿਆ ਨਾ ਹਿਸਾਬpass ਗਿਆ ਤੇ ਦੋਸਤੋ ਉਹਦਾ ਨਾ ਗਦਾਰਾਂ ਵਿੱਚ ਵੀ ਜਰੂਰ ਗਿਣਿਆ ਜਾਵੇਗਾ ਇਸ ਕਰਕੇ ਅੱਜ ਅਸੀਂ ਬਿਜਲੀ ਮਹਾਰਾਜਮਾਂ ਨੇ ਇਕੱਠੇ ਹੋ ਕੇ ਇਹ ਤਿਆਰੀ ਕੀਤੀ ਸੀ ਵੀ ਉਸ ਜੱਗ ਵਿੱਚ ਉਸ ਸੰਘਰਸ਼ ਵਿੱਚ ਬੰਦਾ ਯੋਗਦਾਨ ਜਿੱਥੇ ਅਸੀਂ ਪੰਜਾਬ ਵਿੱਚ ਪਾ ਰਹੇ ਹਾਂ ਆਪਣੇ ਆਪਣੇ ਖਿੱਤੇ ਵਿੱਚ ਪਾ ਰਹੇ ਹਾਂ ਉੱਥੇ ਦਿੱਲੀ ਦੇ ਵਿੱਚ ਵੀ ਪਾਇਆ ਜਾਵੇ ਇਸ ਕਰਕੇ ਅਸੀਂ ਅੱਜ ਜੋਗਦਾਨ ਜਿੱਥੇ ਪਾਉਣੇ ਆ ਉੱਥੇ ਮੋਦੀ ਦੀ ਸਰਕਾਰ ਨੂੰ ਚੇਤਾਵਨੀ ਵੀ ਦਿਨੇ ਤੇ ਤੁਹਾਨੂੰ ਪ੍ਰੋਤਸਾ ਵੀ ਦਿਵਾਉਣੇ ਹੈ ਬਈ ਮੋਦੀ ਦੀ ਸਰਕਾਰ ਉਹ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਉਹਨਾਂ ਚਿਰ ਅਸੀਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜੇ ਤੁਸੀਂ ਆਉਣ ਵਾਲੇ ਸਮੇਂ 'ਚ ਸਾਨੂੰ ਕੋਈ ਪੰਜਾਬ 'ਚ ਭਾਰਤ ਪੱਦਰ ਤੇ ਕੋਈ ਕਾਲ ਵੀ ਦਵੇਗਾ ਕਿਸਾਨ ਮੋਰਚਾ ਉਸ ਕਾਲ ਨੂੰ ਨੇਪਰੇ ਚਾੜ ਨਹੀਂ ਤੁਹਾਡੇ ਨਾਲ ਮੋਢੇ ਮੋਢੇ ਜੋੜ ਕੇ ਖੜਾਂਗੇ ਤੇ ਮੋਦੀ ਸਰਕਾਰ ਨੂੰ ਇਸ 스테ਜ ਤੋਂ ਅਪੀਲ ਕਰਦੇ ਕਿ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਮ ਲੋਕਾਂ ਨੂੰ ਜਨਨ ਅੰਦੋਲਨ ਜਿਹੜਾ ਬਣ ਚੁੱਕਿਆ ਇਹਨੂੰ ਖਤਮ ਕਰਾਇਆ ਜਾਵੇ ਨਾਲ ਦੀ ਨਾਲ ਜਿਹੜੇ ਦੋ ਬਿੱਲ ਅੱਜ ਪਾਰਲੀਮੈਂਟ ਵਿੱਚ ਲਿਆਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਜਿਹੜਾ ਬਿੱਲ ਜਿੱਥੇ ਆਮ ਖਪਤਕਰਾਂ ਦੇ ਨਾਲ ਸੰਬੰਧ ਰੱਖਦਾ ਹੈ ਬਿਜਲੀ ਬਿੱਲ 2020 ਤੇ ਦੂਜਾ ਜਿਹੜਾ ਪਰ ਦੂਸ਼ਣ ਵਾਲਾ ਪ੍ਰਾਲੀ ਵਾਲਾ ਉਹ ਬਿੱਲ ਵੀ ਜਿਹੜੇ ਪਾਰਲੀਮੈਂਟ ਵਿੱਚ ਨਾਲ ਲਿਆਂਦੇ ਜਾਣ ਜੇ ਹਜੇ ਵੀ ਮੋਦੀ ਦੀ ਜਿਹੜੀ ਇਹ ਤਾਨਾਸ਼ਾਹੀ ਜਿਹੜਾ ਤਾਨਾਸ਼ਾਹ ਬਣ ਜੱਕਾ ਮੁਗਲਾਂ ਨਾਲੋਂ ਵੀ ਉੱਪਰ ਤਾਨਾਸ਼ਾਹੀ ਕਰ ਰਿਹਾ ਹੈ ਉਸ ਤਾਨਾਸ਼ਾਹ ਨੂੰ ਫਿਰ ਜਿਹੜੇ ਹਿੰਦੁਸਤਾਨ ਦੇ ਲੋਕ ਆ ਇਹ ਜਿਹੜਾ ਮੋਰਚਾ ਜਿੱਥੇ ਅੱਜ ਉੱਥੇ ਨਹੀਂ ਹੈ ਜਿੱਥੇ ਕੱਲ ਨੂੰ ਹੋਗਾ ਉੱਥੇ ਨਹੀਂ ਹੋਗਾ ਇਹ ਮੋਰਚਾ ਹੋਰ ਅੱਗੇ ਵਧੇਗਾ ਮੈਂ ਇਹ ਹੀ ਵਿਸ਼ਵਾਸ ਪਾਉਂਦਾ ਹਾਂ ਆਪਨੀ ਪੈਂਚਰ ਐਸੋਸੀਏਸ਼ਨ ਵੱਲੋਂ ਵੇ ਜੋ ਵੀ ਸਾਨੂੰ ਕਾਲ ਦਿਓਗੇ ਅਸੀਂ ਪੰਜਾਬ 'ਚ ਵੀ ਦਿੱਲੀ 'ਚ ਵੀ ਆ ਕੇ ਲਾਗੂ ਕਰਾਂਗੇ ਜੈ ਜਨਤਾ ਜੈ ਸਿੰਘ ਜੱਤਨ ਸਾਹਿਬ ਸੰਦ ਲੋਕਾਂ ਦੀ ਧੰਨਵਾਦ ਜੀ